ਉਸ ਅੰਮ੍ਰਿਤ ਬਾਣੀ ਵਿੱਚ ਫਿਰ ਮਨ ਨੂੰ ਲਾਵਾਂ ਮੈਂ ਇਹ ਬਾਣੀ ਪੜ੍ਹ ਕੇ ਤੇ ਵਿੱਚ ਸੰਗਤ ਜਾਵਾਂ ਮੈਂ ਸਤ ਸੰਗਤ ਜਾ ਕੇ ਤੇ ਜਸ ਸੁਣਾ ਤੇ ਗਾਵਾਂ ਮੈਂ ਫਿਰ ਥੋੜ ਗੁਰ ਸਿੱਖਾਂ ਦੀ ਮੱਥੇ ਤੇ ਲਾਵਾਂ ਮੈਂ ਮੈਨੂੰ ਹਰ ਥਾਂ ਦਿਸਦਾ ਰਹੇ ਤੇਰਾ ਹੀ ਨੂਰ ਨਾਨਕ ਮੈਂ ਅੱਜ ਤੋਂ ਹੋਇਆ ਹਾਂ ਤੇਰਾ ਕੰਨ ਸੁਣਨਾ ਚਾਹੁੰਦੇ ਨਾ ਤੇਰਾ ਮੈਂ ਅੱਜ ਤੋਂ ਹੋਇਆ ਹਾਂ ਤੇਰਾ ਕੰਨ ਸੁਣਨਾ ਚਾਹੁੰਦੇ ਨਾ ਤੇਰਾ ਮੈਨੂੰ ਸੁਪਨੇ ਆਉਂਦੇ ਨੇ ਨੀ ਮੈਂ ਚੜਿਆ ਫਿਰਦਾ ਘੋੜੀ ਤੇਰੀ ਮੇਰੀ ਬਟਣਾ ਦੀ ਜੋੜੀ ਤੇਰੀ ਮੇਰੀ ਅੜੀਏ ਨੀ ਲੱਗੂ ਚਿੱਚ ਬਟਣਾ ਦੀ ਜੋੜੀ ਤੇਰੀ ਮੇਰੀ ਮੈਨੂੰ ਸੌਂ ਤੇਰੀ ਨੀ ਕਦੇ ਨਾ ਫੁੱਲੂੰਗਾ ਮੁੱਖ ਤੇਰਾ ਤੂੰ ਮਹਿੰਦੀ ਨਾ ਲਿਖ ਲਈ ਸੋਹਣੀਏ ਨਾ ਵੀਣੀ ਤੇ ਮੇਰਾ ਮੈਨੂੰ ਸੌਂ ਤੇਰੀ ਨੀ ਕਦੇ ਨਾ ਫੁੱਲੂੰਗਾ ਮੁੱਖ ਤੇਰਾ ਤੂੰ ਮਹਿੰਦੀ ਨਾ ਲਿਖ ਲਈ ਸੋਹਣੀਏ ਨਾ ਵੀਣੀ ਤੇ ਮੇਰਾ ਤੂੰ ਨਾ ਵੀਣੀ ਤੇ ਮੇਰਾ ਚਾਹੀਦਾ ਕੁਝ ਵੀ ਨਹੀਂ ਬਸ ਤੂੰ ਦਿਲ ਮੇਰਾ ਨਾ ਤੋੜੀ ਤੇਰੀ ਮੇਰੀ ਹੜੀਏ ਨੀ ਲੱਗੂ ਚਿੱਚ ਬਟਣਾ ਦੀ ਜੋੜੀ ਤੇਰੀ ਮੇਰੀ ਹੜੀਏ ਨੀ
कथिया पावांगे हुंदियां इश्क दियां जो बातां फिर हस के लंघणगियां सोनिए लम्मियां लम्मियां रातां कथिया पावांगे हुंदियां इश्क दियां जो बातां फिर हस के लंघणगियां हीरिए लम्मियां लम्मियां रातां फिर लम्मियां लम्मियां रातां रमूरे रख दी जाई तैनू हसे जाऊं मोड़ी तेरी मेरी हड़िए नी लगू टिच बटना दी जोड़ी तेरी मेरी हड़िए नी वन दिते गाने एक दूजे देवे दोहां परिवारां ने मेरियां सहेलियां दी तेरे बारे ऐसी ओके आखिया होना है तेरे यारां ने मेरियां सहेलियां दी तेरे बारे ऐसी ओके आखिया होना है तेरे यारां ने
वे चाई चाई निकले महीने सवा पांच लैवे माघ दा महीना गया आया वे तू भी दस जन्ना के मैं लंघ देन देन सच्ची सानू तां विआह दा बड़ा चावे तू भी दस जन्ना के मैं लंघ देन देन सच्ची सानू तां विआह दा बड़ा चावे ਵਿਆਹਣ ਨੂੰ ਵਿਹੜੇ ਵਿੱਚ ਸਖੀਆਂ ਦਾ ਜੁੱਟਿਆ ਕੇ ਕਿੱਕਲੀ ਪਵਾਉਂਦਾ ਤੇਰੀ ਨਾਰ ਤੋਂ ਭੂਆ ਹੁਣੀ ਗੀਤ ਗਾਉਣ ਜੋੜ ਜੋੜੇ ਮੁੱਖ ਹੇਕ ਸੁਣਦੀ ਆਵਾਦੀ ਵਾਲੇ ਵਾਰ ਤੋਂ ਵਿਆਹਣ ਨੂੰ ਵਿਹੜੇ ਵਿੱਚ ਸਖੀਆਂ ਦਾ ਜੁੱਟਿਆ ਕੇ ਕਿੱਕਲੀ ਪਵਾਉਂਦਾ ਤੇਰੀ ਨਾਰ ਤੋਂ ਭੂਆ ਹੁਣੀ ਗੀਤ ਗਾਉਣ ਜੋੜ ਜੋੜੇ ਮੁੱਖ ਹੇਕ ਸੁਣਦੀ ਆਵਾਦੀ ਵਾਲੇ ਵਾਰ ਤੋਂ ਭਾਬੀ ਨਾਲ ਚਾਚੀ ਲੱਗੀ ਲੇਖ ਲੇਖ ਨਾਮ ਸੂਟ ਦੱਪੇ ਨੇ ਲਫਾਫਿਆਂ ਚ ਪਾਵੇ ਤੂੰ ਵੀ ਦੱਸ ਜੰਨਾ ਕਿਵੇਂ ਲੰਘ ਦੇਣ ਦੇਣ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ ਤੂੰ ਵੀ ਦੱਸ ਜੰਨਾ ਕਿਵੇਂ ਲੰਘ ਦੇਣ ਦੇਣ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ ਚੰਨਾ ਇੱਕ ਸਾਡੇ ਪਰਿਵਾਰ ਦੀ ਬਰਾਤੀਆਂ ਨੂੰ ਲੈ ਕੇ ਆਇਓ ਤਾੜ ਕੇ ਮਸਾਂ ਸੁੱਖਾਂ ਸੁੱਖ ਦਿਆਂ ਦਿਨ ਆਇਆ ਖੁਸ਼ੀਆਂ ਦਾ ਹੋ ਜੇ ਨਾ ਖਰਾਬ ਫੈਰ ਮਾਰ ਕੇ ਬੇਨਤੀ ਆ ਚੰਨਾ ਇੱਕ ਸਾਡੇ ਪਰਿਵਾਰ ਦੀ ਬਰਾਤੀਆਂ ਨੂੰ ਲੈ ਕੇ ਆਇਓ ਤਾੜ ਕੇ ਮਸਾਂ ਸੁੱਖਾਂ ਸੁੱਖ ਦਿਆਂ ਦਿਨ ਆਇਆ ਖੁਸ਼ੀਆਂ ਦਾ ਹੋ ਜੇ ਨਾ ਖਰਾਬ ਫੈਰ ਮਾਰ ਕੇ ਮੇਰੀਆਂ ਸਹੇਲੀਆਂ ਤੇ ਸੁੱਖ ਮਨ ਮੇਰੇ ਆਵੇ ਤੇ ਉਹਨਾਂ ਸਨੋ ਫਲ ਪਾਵੇ ਤੂੰ ਵੀ ਦੱਸ ਜੰਨਾ ਕਿਵੇਂ ਲੰਘ ਦੇਣ ਦੇਣ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ ਤੂੰ ਵੀ ਦੱਸ ਜੰਨਾ ਕਿਵੇਂ ਲੰਘ ਦੇਣ ਦੇਣ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ ਸੇਮ ਸੇਮ ਰੰਗ ਹੋਣਾ ਲਹਿੰਗਾ ਤੇਰੀ ਪੱਗ ਨਾਲ ਕਰੂ ਗੱਲਾਂ ਦਿਲ ਦੀਆਂ ਸਾਰੀਆਂ ਬੜੀਆਂ ਸ਼ਰਾਰਤੀ ਨੇ ਕਰਿਓ ਨਾ ਮਾਇੰਡ ਪੰਗੇ ਲੈਣਗੀਆਂ ਜਾਣ ਜਾਣ ਸਾਲੀਆਂ ਸੇਮ ਸੇਮ ਰੰਗ ਹੋਣਾ ਲਹਿੰਗਾ ਤੇਰੀ ਪੱਗ ਨਾਲ ਕਰੂ ਗੱਲਾਂ ਦਿਲ ਦੀਆਂ ਸਾਰੀਆਂ ਬੜੀਆਂ ਸ਼ਰਾਰਤੀ ਨੇ ਕਰਿਓ ਨਾ ਮਾਇੰਡ ਪੰਗੇ ਲੈਣਗੀਆਂ ਜਾਣ ਜਾਣ ਸਾਲੀਆਂ ਲੈ ਮੈਂ ਹੋ ਗਈ ਤੇਰੀ ਹੁਣ ਚੰਨ ਮਾਹੀ ਮੇਰੇ ਆਵੇ ਜ਼ਿੰਦਗੀ ਲਿਖਾਤੀ ਤੇਰੇ ਨਾਵੇ ਤੂੰ ਵੀ ਦੱਸ ਚੰਨਾ ਕਿਵੇਂ ਲੰਘ ਦੇਣ ਦੇਣ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ ਸਿਲਕ ਦਾ ਸੂਟ ਵੀ ਸਵਾ ਲਿਆ ਬਾਪੂ ਨੂੰ ਤਾਂ ਕੱਲ ਬਿੱਲੋ ਬੇਬੇ ਨੇ ਮਨਾ ਲਿਆ ਭੈਣ ਨੇ ਤਾਂ ਸਿਲਕ ਦਾ ਸੂਟ ਵੀ ਸਵਾ ਲਿਆ ਤੂੰ ਵੀ ਚੁੰਨੀਆਂ ਨੂੰ ਗੋਟੇ ਜੇ ਲਵਾ ਲਾ ਨੀ ਯਾਰ ਆਹੂ ਸੂਹਾ ਕੁੜਤਾ ਜਾ ਪਾ ਕੇ ਸੋਹਣੀਏ ਮੈਂ ਵੀ ਸ਼ਗਨਾਂ ਦੀ ਖੱਟ ਦੀ ਤਿਆਰੀ ਆ ਤੂੰ ਰੱਖੀ ਤਲੀਆਂ ਸਜਾ ਕੇ ਸੋਹਣੀਏ ਮੈਂ ਵੀ ਸ਼ਗਨਾਂ ਦੀ ਖੱਟ ਦੀ ਤਿਆਰੀ ਆ ਤੂੰ ਰੱਖੀ ਤਲੀਆਂ ਸਜਾ ਕੇ ਸੋਹਣੀਏ ਘੋੜੀਆਂ ਤੇ ਪਿੰਡ ਤੇਰੇ ਆਊਗੀ ਬਰਾਤਨੀ ਘਰ ਦੀ ਕੱਡੀ ਦਾ ਜੱਗ ਚੱਲੂ ਸਾਰੀ ਰਾਤ ਨੀ ਘੋੜੀਆਂ ਤੇ ਪਿੰਡ ਤੇਰੇ ਆਊਗੀ ਬਰਾਤਨੀ ਘਰ ਦੀ ਕੱਡੀ ਦਾ ਜੱਗ ਚੱਲੂ ਸਾਰੀ ਰਾਤ ਨੀ ਆਪਾਂ ਰਲ ਮਿਲ ਭੰਗੜੇ ਜੇ ਪਾਵਾਂਗੇ ਖੜਾ ਲਾਊਗਾ ਸਦੀਕ ਕਲਾ ਕੇ ਸੋਹਣੀਏ ਮੈਂ ਵੀ ਸ਼ਗਨਾਂ ਦੀ ਖੱਚ ਦੀ ਤਿਆਰੀ ਆ ਤੂੰ ਰੱਖੀ ਤਲੀਆਂ ਸਜਾ ਕੇ ਸੋਹਣੀਏ ਮੈਂ ਵੀ ਸ਼ਗਨਾਂ ਦੀ ਖੱਚ ਦੀ ਤਿਆਰੀ ਆ ਤੂੰ ਰੱਖੀ ਤਲੀਆਂ ਸਜਾ ਕੇ ਸੋਹਣੀਏ ਤੇਰਾ ਯਾਰ ਪਾਲੇ ਅੱਥਰੇ ਖਿਆਲ ਨੀ
ਤੇਰਾ ਤਨ ਪੰਜ ਕਰੂਗਾ ਉਹਨੂੰ ਚੱਕ ਲਾਂਗੇ ਨਸ਼ਾ ਪੱਤਾ ਖਾ ਕੇ ਸੋਣੀਏ ਮੈਂ ਵੀ ਸ਼ਗਨਾਂ ਦੀ ਖੱਚ ਦੀ ਤਿਆਰੀ ਆ ਤੂੰ ਰੱਖੀ ਤਲੀਆਂ ਸਜਾ ਕੇ ਸੋਣੀਏ ਮੈਂ ਵੀ ਸ਼ਗਨਾਂ ਦੀ ਖੱਚ ਦੀ ਤਿਆਰੀ ਆ ਤੂੰ ਰੱਖੀ ਤਲੀਆਂ ਸਜਾ ਕੇ ਸੋਣੀਏ ਤੈਨ ਕੱਟੇ ਬੜੇ ਦਿਲ ਤੜਫਾ ਕੇ ਸੋਣੀਏ ਮੈਂ ਵੀ ਸ਼ਗਨਾਂ ਦੀ ਖੱਚ ਦੀ ਤਿਆਰੀ ਆ ਤੂੰ ਰੱਖੀ ਤਲੀਆਂ ਸਜਾ ਕੇ ਸੋਣੀਏ ਮੈਂ ਵੀ ਸ਼ਗਨਾਂ ਦੀ ਖੱਚ ਸੁਣੀ ਗੌਰ ਨਾਲ ਗੱਲ ਦਿਲ ਦੀ ਸੁਣਾਉਣੀ ਆ ਬਾਕੀ ਦੀ ਵੀ ਜ਼ਿੰਦਗੀ ਮੈਂ ਤੇਰੇ ਨਾਮ ਲਾਉਣੀ ਆ ਸੁਣੀ ਗੌਰ ਨਾਲ ਗੱਲ ਦਿਲ ਦੀ ਸੁਣਾਉਣੀ ਆ ਬਾਕੀ ਦੀ ਵੀ ਜ਼ਿੰਦਗੀ ਮੈਂ ਤੇਰੇ ਨਾਮ ਸੌਂ ਤੇਰੀ ਲੱਗੇ ਜੱਟੀ ਤੱਕੇ ਨਾ ਕਿਸੇ ਨੂੰ ਸੌਂ ਤੇਰੀ ਲੱਗੇ ਜੱਟੀ ਤੱਕੇ ਨਾ ਕਿਸੇ ਨੂੰ ਪਰ ਤੇਰੇ ਲਈ ਤਾਂ ਭੁੱਲਾਂ ਹੀ ਤਨਾ ਗੋਰੀ ਵੀਣੀ ਵਿੱਚ ਚੂੜਾ ਲਾਲ ਰੰਗ ਦਾ ਪਾਉਣਾ ਸੋਹਣਿਆ ਲਿਖਾ ਕੇ ਤੇਰਾ ਨਾਂ ਗੋਰੀ ਵੀਣੀ ਵਿੱਚ ਚੂੜਾ ਲਾਲ ਰੰਗ ਦਾ ਪਾਉਣਾ ਸੋਹਣਿਆ ਲਿਖਾ ਕੇ ਸੱਚ ਦੱਸਾਂ ਗੱਲ ਅਜੇ ਬਾਪੂ ਤੋਂ ਲੁਕਾਈ ਆ ਬੇਬੇ ਜੀ ਨੇ ਖੁਸ਼ ਤੇਰੀ ਫੋਟੋ ਮੈਂ ਦਿਖਾਈ ਆ ਸੱਚ ਦੱਸਾਂ ਗੱਲ ਅਜੇ ਬਾਪੂ ਤੋਂ ਲੁਕਾਈ ਆ ਇੰਨਾ ਕੁ ਤਾਂ ਜਾਣਦੀ ਆ ਬੇਬੇ ਜੀ ਨੂੰ ਮੈਂ ਵੀ ਉਹਨਾਂ ਲੈਣਾ ਬਾਪੂ ਜੀ ਨੂੰ ਵੀ ਮਨਾ ਗੋਰੀ ਵੀਣੀ ਵਿੱਚ ਚੂੜਾ ਲਾਲ ਰੰਗ ਦਾ ਪਾਉਣਾ ਸੋਹਣਿਆ ਲਿਖਾ ਕੇ ਤੇਰਾ ਨਾਂ ਗੋਰੀ ਵੀਣੀ ਵਿੱਚ ਚੂੜਾ ਲਾਲ ਰੰਗ ਦਾ ਪਾਉਣਾ ਸੋਹਣਿਆ ਲਿਖਾ ਕੇ ਗੱਡੀਆਂ ਚ ਸਹਿਰਾਂ ਦਾ ਮੈਨੂੰ ਨੀ ਪਸੰਦ ਇਹ ਰਿਵਾਜ ਜੱਟਾ ਸ਼ਹਿਰਾਂ ਦਾ ਸੂਟ ਚੱਕ ਵੇ ਸਲਾਈ ਕਰੀ ਫਿਰਦੀ ਰੀਝ ਪੂਰੀ ਹੋ ਗਈ ਚੰਨਾ ਬੜੇ ਚਿਰ ਦੀ ਸੂਟ ਚੱਕ ਵੇ ਸਲਾਈ ਕਰੀ ਫਿਰਦੀ ਰੀਝ ਪੂਰੀ ਹੋ ਗਈ ਚੰਨਾ ਬੜੇ ਚਿਰ ਦੀ ਫੋਨ ਵਾਰ ਵਾਰ ਫਿਰਾਂ ਵੇ ਮੈਂ ਚੁੰਮਦੀ ਭੇਜੀ ਤੂੰ ਜਦੋਂ ਹਾਂ ਲਿਖ ਕੇ ਵੇ ਮੈਂ ਸੋਹਣਿਆ ਬਣਾਉਣੀ ਦੇ ਦੀ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ ਕੇ ਬਾਲਾ ਜੱਚੇਗਾ ਤੂੰ ਮੇਰੇ ਨਾਲ ਖੜਾ ਵੇ ਖੁੱਲੇ ਨਾਪੇ ਦਾ ਬਣਾਉਣਾ ਦੇ ਤਾਂ ਖੜਾ ਵੇ ਤੇਰਾ ਹਰ ਵੇਲੇ ਰਹਿੰਦਾ ਮੈਨੂੰ ਆਸਰਾ ਦਿੱਤਾ ਮੈਂ ਸੱਚੀ ਤਾਂ ਲਿਖ ਕੇ ਵੇ ਮੈਂ ਸੋਹਣਿਆ ਬਣਾਉਣੀ ਦੇ ਦੀ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ ਕੇ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ ਕੇ ਹਾਂ ਸੋਹਣਿਆ ਬਣਾਉਣੀ ਦੇ ਦੀ ਕੰਗਣੀ ਵੇ ਤੇਰਾ ਮੇਰਾ ਨਾਂ ਲਿਖ
Yeah.
ਬੁਲਾ ਲੋ ਬੁਲਿਆ ਮੈਂ ਜਾਏ ਬੁਲਾ ਬੁਲਿਆ
ਦੂਜੀ ਵਾਰ ਮੈਨੂੰ ਦੇਖ ਲੈਣ ਆ ਗਿਆ ਨਾ ਜਾਏ ਸੁਹਾ ਬੋਲਿਆ ਨਾ ਜਾਏ ਮੁੰਡਾ ਬੋਲਿਆ ਨਾ ਜਾਏ ਜੇਠ ਦੇ ਉਡਾਰੀ ਆਈ ਸਾਰੀ ਸਾਰੇ ਮਾਰੇ
Thank you.
Chupi, 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 ch
ਕਦੋਂ ਕਾੜਾ ਉੱਤੇ ਛੱਪਣੀ ਨਾ ਵੇ ਕਦੋਂ ਬਣੂ ਤੇਰੀ ਪੱਕੀ ਮੈਂ ਗੁਲਾਮ ਵੇ ਕਦੋਂ ਕਾੜਾ ਉੱਤੇ ਛੱਪਣੀ ਨਾ ਵੇ ਕਦੋਂ ਬਣੂ ਤੇਰੀ ਪੱਕੀ ਮੈਂ ਗੁਲਾਮ ਵੇ ਕਦੋਂ ਘੁੰਮਣੇ ਨੇ ਅੱਗੇ ਪਿੱਛੇ ਕੈਮਰੇ ਕਦੋਂ ਲੈ ਕੇ ਜਾਣਾ ਮੈਨੂੰ ਤੂੰ ਕਰੇ ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਜੀ ਚਿੱਤ ਫੋਟੋਆਂ ਕਰੋ ਨੂੰ ਹਾਂ ਜੀ ਹਾਂ ਫੋਟੋਆਂ ਕਰੋ ਨੂੰ ਕਰੇ ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਜਿੱਤ ਫੋਟੋਆਂ ਕਰੋ ਨੂੰ ਕਰੇ ਨਾਲੇ ਜਿਹੜੇ ਯਾਰ ਬੇਲੀ ਤੁਹਾਡੇ ਖਾਸ ਨੇ ਕਦੋਂ ਪੱਕੇ ਤੋਰੀ ਉੱਤੇ ਭਾਬੀ ਕਹਿਣਗੇ ਕਿਹੜਾ ਲੱਗਣਾ ਗਵਈਆ ਸਾਡੇ ਵਿਆਹ ਚ ਪਹਿਲੇ ਸਿੱਚ ਭੰਗੜੇ ਜੀ ਪੈਣਗੇ ਗੱਲ ਸੁਣ ਲਵ ਮੇਰੀ ਸਾਫ ਸਾਫ ਜੀ ਮੇਰਾ ਤੁਹਾਡੇ ਬਿਨ ਪਿੰਦ ਨਸਰੇ ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਜੀ ਚਿੱਤ ਫੋਟੋਆਂ ਕਰੋ ਨੂੰ ਹਾਂ ਜੀ ਹਾਂ ਫੋਟੋਆਂ ਕਰੋ ਨੂੰ ਕਰੇ ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਚਿੱਤ ਫੋਟੋਆਂ ਕਰੋ ਨੂੰ ਕਰੇ ਸਭ ਹੋ ਗਈਆਂ ਨੇ ਸਹੁਰੇ ਪਿੰਡ ਵਾਲੀਆਂ ਕਦੋਂ ਮੁੱਕਣਾ ਏ ਜੱਬ ਫੋਨ ਵਾਲਾ ਜੀ ਹੋਰ ਸਦਰਾਂ ਨਾ ਜਾਂਦੀਆਂ ਸੰਭਾਲੀਆਂ ਜਦੋਂ ਪੁੱਤ ਪੁੱਤ ਕਹਿ ਕੇ ਗੱਲਾਂ ਕਰਦੇ ਪੂਰਾ ਦਿਲ ਇਹ ਦੂਰੀ ਨਾ ਜਰੇ ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਜੀ ਚਿੱਤ ਫੋਟੋਆਂ ਕਰੋ ਨੂੰ ਫੋਟੋਆਂ ਕਰੋ ਨੂੰ ਕਰੇ ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਚਿੱਤ ਫੋਟੋਆਂ ਕਰੋ ਨੂੰ ਕਰੇ ਖਾਣਾ ਇੱਕ ਥਾਲ ਚ ਉਦੋਂ ਯਾਦ ਤੇਰੀ ਆਉਂਦੀ ਬੜੀ ਸੋਹਣਿਆ ਡੀਜੇ ਵੱਜਦਾ ਆ ਜਦੋਂ ਵੇ ਸਿਆਲ ਚ ਸੋਹਣ ਜੱਗੀ ਵੇ ਸੰਘੇੜੇ ਪਿੰਡ ਵਾਲਿਆ ਸਾਰੇ ਚਾਹ ਤੇਰੇ ਅੱਗੇ ਨੇ ਤੇਰੇ ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਜੀ ਚਿੱਤ ਫੋਟੋਆਂ ਕਰੋ ਨੂੰ ਹਾਂ ਜੀ ਹਾਂ ਫੋਟੋਆਂ ਕਰੋ ਨੂੰ ਕਰੇ ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਚਿੱਤ ਫੋਟੋਆਂ ਕਰੋ ਨੂੰ ਕਰੇ
ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕਾ ਗੁਰੂ ਨਾਨਕ ਲੇਨ ਧਿਆਏ ਫਿਰ ਅੰਗਤ ਗੁਰੂ ਅਮਰਦਾਸ ਰਾਮ ਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਮਰਾਓ ਸ੍ਰੀ ਹਰਿ ਸ੍ਰੀ ਹਰਿ ਕਿਸ਼ਨ ਧਿਆਈ ਹੈ ਡਿਠਿਆਂ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਆਉਂਦਿਆਂ ਵੇ ਧਾਏ ਸਭ ਥਾਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਸਭ ਥਿਉਣਾ ਸਾਹਿਬ ਦਸਾਂ ਗੁਰੂਆਂ ਦੇ ਆਤਮਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਚਵਰ ਸ਼ਬਦ ਦਾ ਧਿਆਨ ਤੇ ਖਾਲਸਾ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਤਾ ਜੀ ਉਹ ਆਪ ਜੀ ਦੇ ਪੁੱਤਰ ਕੋਮਲ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਪਾਤਸ਼ਾਹ ਜੀ ਉਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਪਾਤਸ਼ਾਹ ਜੀ ਉਹ ਇਸ ਵਕਤ ਦੋਨਾਂ ਪਰਿਵਾਰਾਂ ਦੀ ਮਿਲਣੀ ਹੋਣ ਲੱਗੀ ਹੈ ਕਿਰਪਾ ਕਰਕੇ ਆਪ ਜੀ ਬਖਸ਼ੋ ਜੀ ਦੋਨਾਂ ਪਰਿਵਾਰਾਂ 'ਚ ਆਪਸ ਬਖਸ਼ਿਸ਼ ਕਰਨਾ ਸਿਰ 'ਤੇ ਮੇਰ ਪ੍ਰਯਾਸ ਰੱਖਣਾ ਰਹਿੰਦੇ ਘਰ ਰਾਸ ਕਰਨੇ ਕਿਰਪਾ ਦ੍ਰਿਸ਼ਟੀ ਦਇਆ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਕਿਰਪਾ ਕਰਕੇ ਬਖਸ਼ਣਾ ਜੋ ਆਪ ਜੀ ਦੇ ਦਰ 'ਤੇ ਆਵੇ ਸੁਰਾਜ ਖੁਸ਼ੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਸਰਬ ਦਾ ਭਲਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵੋ ਸੱਜਣਾ ਆਵੋ ਸੱਜਣਾ ਦੇਖਾਂ ਦਰਸ਼ਨ ਤੇਰਾ ਰਾਮ ਦੇਖਾਂ ਦਰਸ਼ਨ ਤੇਰਾ ਰਾਮ ਆਵੋ ਸੱਜਣਾ ਆਵੋ ਸੱਜਣਾ ਦੇਖਾਂ ਦਰਸ਼ਨ ਤੇਰਾ ਰਾਮ ਦੇਖਾਂ ਦਰਸ਼ਨ ਤੇਰਾ ਰਾਮ ਆਵੋ ਸੱਜਣਾ ਆਵੋ ਸੱਜਣਾ ਦੇਖਾਂ ਦਰਸ਼ਨ ਤੇਰਾ ਰਾਮ ਦੇਖਾਂ ਦਰਸ਼ਨ ਤੇਰਾ ਰਾਮ ਆਵੋ ਸੱਜਣਾ ਕਰ ਆਪ ਖੜੀ ਤਕਾਂ ਕਰ ਆਪ ਖੜੀ ਤਕਾਂ ਮੈਂ ਮਨ ਮੈਂ ਮਨ ਜਾਨੇਰਾ ਆਵੋ ਸੱਜਣਾ ਆਵੋ ਸੱਜਣਾ ਦੇਖਾਂ ਦਰਸ਼ਨ ਤੇਰਾ ਰਾਮ ਦੇਖਾਂ ਦਰਸ਼ਨ ਤੇਰਾ ਰਾਮ ਆਵੋ ਸੱਜਣਾ ਆਵੋ ਸੱਜਣਾ ਦੇਖਾਂ ਦਰਸ਼ਨ ਤੇਰਾ ਰਾਮ ਦਰਸ਼ਨ ਤੇਰਾ ਰਾਮ ਆਵੋ ਸੱਜਣਾ ਕਰ ਆਪਣੜੈ ਖੜੀ ਤਕਾਂ ਕਰ ਆਪਣੜੈ ਖੜੀ ਤਕਾਂ
जाओ कनेरा सुन प्रभ मेरा मैं तेरा परवासा मन जाओ कनेरा सुन प्रभ मेरा मैं तेरा परवासा दर्शन देख पई नेह केवल जन्म मरण दुख नासा दर्शन देख पई नेह केवल जन्म मरण दुख नासा जन्म मरण दुख नासा आओ सजना देखा दर्शन तेरा राम देखा दर्शन तेरा राम आओ सजना आओ सजना देखा दर्शन तेरा राम देखा दर्शन तेरा राम आओ सजना कर आपन कर आपन कड़ी तका मैं मन जाऊं कनेरा मैं मन जाऊं कनेरा आओ सजना आओ सजना देखा दर्शन तेरा राम सगली जोत जाता तू सोई मिलया पाए सुबह सगली जोत जाता तू सोई मिलया पाए सुबह नानक साजन को बन जाए साज मिले कर नानक साजन को बन जाए साज मिले कर साच मिले कर आओ सजना आओ सजना देखा दर्शन तेरा राम देखा दर्शन तेरा राम आओ सजना दर्शन तेरा राम देखा दर्शन सुमरथ गुरु सिर हाथ करियो सुमरथ गुरु सिर हाथ करियो सुमरथ गुरु सिर हाथ करियो
Thank you.
ਸਦਾ ਸਦਾ ਦਾਤਾਰ ਜਿਉ ਡਰਤ ਹੈ ਆਪਣਾ ਕੈਸਿਉ ਕਰੀ ਪੁਕਾਰ ਦੁਖ ਵਿਸਾਰਣ ਸੇ ਗਿਆ ਸਦਾ ਸਦਾ ਦਾਤਾਰ ਅੰਜਨ ਸਾਹਿਬ ਸੇਵਿਆ ਅੰਤ ਚੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਿਆਲ ਤੇਰਾ ਨਾਮ ਤਰਾ ਸਦ ਗੁਰਬਾਣ ਜਾਓ ਸਰਵਮ ਸਾਚਾ ਏਕ ਹੈ ਦੂਜਾ ਨਾਹੀਂ ਕੋਈ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵਰਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਏ ਜਿਸ ਆਗੈ ਪਿਆਰੇ ਜਾਇ ਕਹਾ ਰਾਮ ਸੇਵੀ ਸਾਹਿਬ ਆਪਣਾ ਅਵਰ ਨ ਜਾਚੋ ਕੋਏ ਨਾਨਕ ਦਾਤਾ ਦਾਸ ਹੈ ਬਿੰਦ ਬਿੰਦ ਚੁਗ ਚੁਗ ਹੋਏ ਸਾਹਿਬ ਤੇਰੇ ਨਾਮ ਮਿਟੋ ਬਿੰਦ ਬਿੰਦ ਚੁਗ ਚੁਗ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਗ ਚੁਗ ਹੋਏ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦਾ ਪਾਠ ਧਰਮ ਨਾ ਛੱਡੀ ਇਹ ਤੁਹਾਡਾ ਧਰਮ ਹੈ ਇਹੋ ਧਰਮ ਧਰਮ ਘਰ ਤੋਂ ਸ਼ੁਰੂ ਹੁੰਦਾ ਹੈ ਇਹਨੂੰ ਧਰਮ ਮੰਨਣਾ ਕਿ ਸਾਡਾ ਧਰਮ ਹੈ ਗੁਰੂ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪਾਂ ਪੜ੍ਹ ਲਿਆ ਇੱਕ ਦੂਜੇ ਦਾ ਹਮੇਸ਼ਾ ਹੀ ਸਾਥ ਦੇਣਾ ਔਖੀ ਸੌਖੀ ਵੇਲੇ ਗੁਰੂ ਸਾਹਿਬ ਦਾ ਕੋਟ ਆਸਰਾ ਲੈਣਾ ਹੈ ਜੋ ਅੱਜ ਪਾਵਨ ਜੋੜੀ ਦਾ ਆਨੰਦ ਕਾਰਜ ਹੋ ਜਾ ਰਿਹਾ ਹੈ ਲੜਕੀ ਲਵਜੀਤ ਕੌਰ ਲੜਕਾ ਹਰਦੀਪ ਸਿੰਘ ਬੜੇ ਵਧੀਆ ਦੋਨਾਂ ਦੇ ਮਾਂ ਪਿਓ ਨੇ ਨਾਂ ਰੱਖੇ ਨੇ ਲਵ ਪ੍ਰੀਤ ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਾਪਤ ਪਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਦੀਪ ਦਾ ਮੀਨਿੰਗ ਹੁੰਦਾ ਹੈ ਰੋਸ਼ਨੀ ਦੋਨਾਂ ਮਗਰ ਦੀਪ ਲੱਗਾ ਹੈ ਹਰ ਦੀਪ ਹਰੀ ਵਾਹਿਗੁਰੂ ਪਰਮਾਤਮਾ ਦੀ ਰੋਸ਼ਨੀ ਲਵ ਪਿਆਰ ਦੀ ਰੋਸ਼ਨੀ ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਜ਼ਿੰਦਗੀ ਅੰਦਰ ਸਾਡੀ ਅਰਦਾਸ ਹੈ ਹਮੇਸ਼ਾ ਹੀ ਗਿਆਨ ਦੀ ਇਹ ਸ਼ਬਦ ਜਿਹੜਾ ਅਸਲ ਵਿੱਚ ਗੁਰੂ ਦੇ ਨਾਲ ਚਾਰ ਜਿਹੜੀਆਂ ਲਾਵਾਂ
ਪੜੀਆਂ ਜਾਣੀਆਂ। ਇੱਕ ਇੱਕ ਨਾਮ ਕਰਕੇ ਜੋ ਭਾਈ ਸਾਹਿਬ ਜੀ ਪਾਠ ਕਰਨਗੇ, ਇੱਕ ਨਾਮ ਹੋਵੇਗੀ ਲੜਕੀ ਲੜਕੀ ਨੂੰ ਬੇਨਤੀ ਹੈ ਬੜੇ ਪਿਆਰ ਨਾਲ ਸਹਿਜ ਭਾਈ ਕਾਲੀ ਕਾਲੀ ਤੋਂ ਉੱਠ ਕੇ ਮੱਥਾ ਟੇਕ ਕੇ ਸੱਜੇ ਹੱਥ ਨਾਲ ਖੱਬੇ ਬੰਨੇ ਦੀ ਬੜੀ ਪਿਆਰ ਨਾਲ ਕਰਮਾ ਕਰਕੇ ਆਪੋ ਆਪਣੀ ਜਗ੍ਹਾ ਤੇ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੂਹੀ ਮਹੱਲਾ ਚੌਥਾ ਹਰ ਪਹਿਰੜੀ ਲਾਲ ਪ੍ਰਵਿਰਤੀ ਕਰਮ ਦਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਆਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਧਿਆਓ ਸਿਮਰਤ ਨਾਮ ਦ੍ਰਿੜਾਇਆ ਸਤਿਗੁਰ ਗੁਰਪੂਰਾ ਆਰਾਧੋ ਸਭ ਤਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਣ ਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹਿ ਨਾਨਕ ਲਾਲ ਪਹਿਲੀ ਆਰੰਭ ਕਾਜ ਰਚਾਇਆ ਜਨ ਕਹਿ ਨਾਨਕ ਲਾਲ ਪਹਿਲੀ ਆਰੰਭ ਕਾਜ ਰਚਾਇਆ ਆਹ
ਨਾਮ ਜੀਉ ਸੰਤ ਜਨਾ ਹਰ ਮੇਲ ਹਰ ਪਾਇਆ ਵੜ ਭਾਗੀਆ ਬਲਰਾਮ ਜੀਉ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵੜ ਭਾਗੀ ਪਾਇਆ ਹਰ ਕਥੀਐ ਅਗਤ ਕਹਾਣੀ ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਉ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਉ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਉ ਹਰ ਤੀਜੀ ਲੀਲਾ ਮਨ ਜਾਪਿਆ ਰਾਮ ਬਲੀ ਮਹਲਾ ਤੀਜਾ
ओंकार सतगुरु प्रसाद आनंद पया महिमाए सतगुरु मैं पा सतगुरु का माया ਰਾਮ ਪਰਿਵਾਰ ਕਈਆਂ ਸ਼ਬਦ ਗਾਵਿਆ ਕਹਿਣਾ ਸਤਿਗੁਰੂ ਨੇ ਪਾ ਏ ਮਨ ਮੇਰੇ ਤੂੰ ਸਦਾ ਰੋਣਾ ਰਹੋ ਤੂੰ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਗਵਤ ਜੀ ਸਹਾਰੇ ਵਾਰ ਸ਼੍ਰੀ ਭਗਵਤ ਜੀ ਦੀ ਪਾਤਸ਼ਾਹ ਦਸੇ ਪ੍ਰਥਮ ਭਗਵਤ ਜੀ ਸਿੰਘ ਕਹਿ ਗੁਰੂ ਨਾਨਕ ਨੇ ਧਿਆਏ ਵੇ ਲੋਕ ਕੁਰਤੇ ਅੰਗਰਾਜ ਸਾਹਿਬ ਦਸੇ ਨੂੰ ਸਹਾਰੇ ਅਤਿ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜੇ ਜਿੱਥੇ ਸਤਿ ਕੇ ਜਾਏ ਦੀ ਬਹਾਦਰ ਸਿੰਘ ਰਿਆ ਘਰ ਨਾ ਉਹਨੇ ਦਿਆ ਵੀ ਧਾਇ ਸਭ ਤੇ ਨੂੰ ਸਹਾਰੇ ਦਸਵੇਂ ਪਦਾਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੁੱਤਰਾਂ ਦੇ ਨਾਲ ਇਸ ਮਸਲਾ ਦੇ ਸਭ ਤੇ ਹੋਣ ਦੀ ਸਹਾਰੇ ਦਾ ਸਭ ਪਾਤਸ਼ਾਹ ਗਿਆ ਤੁਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਨਾਲ ਧਿਆਨ ਰੱਖੇ ਬਾਲਾ ਜੇ ਪੰਜਾਬ ਪਿਆਰੇ ਪੰਜ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਸ਼ੀਆਂ ਜਿੰਨੀਆਂ ਤੱਕੀਆਂ ਜਿਨ੍ਹਾਂ ਨੇ ਨਾਮ ਜਪਿਆ ਵਣ ਕੇ ਛਕਿਆ ਦੇਵੀ ਰਾਜ ਦੇ ਗਵਾਹੀ ਦੇ ਸੰਕੇ ਨਿਸ਼ਚਿਤ ਕਰਨਾ ਪਿਆਰਿਆਂ ਸਿਆਰੇ ਦੀ ਪਾਣ ਨੂੰ ਚੁਕਾਉਣਾ ਦਾ ਧਿਆਨ ਰੱਖੇ ਬਾਲਾ ਜੇ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮੇ ਸੀਤ ਤੇ ਬਾਲ ਪੰਜ ਕਟਾਈ ਚੱਪੜੀਆਂ ਦੇ ਚੜ੍ਹੇ ਆ ਰਹੇ ਨਾ ਤਨ ਚਾਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਭ ਸਭ ਸਤਸੰਗ ਨਿਭਾਏ ਵਾਹਿਗੁਰੂ ਨਾਮ ਜਿਤਿਆ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਹਿਤ ਦੇਖ ਖਵੇ ਬਿਰਦਗੀ ਪੈਰ ਪੰਥੀ ਜੀਤ ਸ੍ਰੀ ਸਾਹਿਬ ਜੀ ਸਹਾਰੇ ਖਾਲਸਾ ਜੀ ਕੇ ਬੋਲ ਵਾਲੇ ਬਲਾ ਜੀ ਬਖਸ਼ਣ ਨਾਮ ਦਾਨ ਸੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀਵਾਂ ਪਾਪ ਆਈਆਂ ਗੁਰਸਿੰਘ ਸਿੰਘ ਪਾਤਸ਼ਾਹ ਸੇਵਕਾਂ ਦੇ ਰਹਿੰਦੇ
ਕਾਲ ਸੰਪੂਰਨ ਕਰਾਉਣੀ ਸਤਿਗੁਰ ਜੀ ਪਾਤਸ਼ਾਹ ਜੀਓ ਗੁਰਮੁਖ ਪ੍ਰਵਾਨ ਹੋ ਸਤਿਗੁਰ ਜੀ ਪਾਤਸ਼ਾਹ ਜੀ ਪੰਚਮ ਪ੍ਰਾ ਪ੍ਰਸ਼ਾਦ ਦੇ ਬਹਾਦਰੇ ਜੀ ਆਪਣੇ ਦਾ ਪ੍ਰਵਾਨ ਹੋਵੇ ਜੀ ਪ੍ਰਵਾਨ ਹੋਇਆ ਸੀ ਗੁਰੂ ਪ੍ਰਸਾਦ ਸਾਧ ਸੰਗਤ ਜੀ ਲੈ ਕੋਈ ਦੋ ਸ਼ਗ ਆਪ ਦਾ ਪ੍ਰਤੀਗਾਮ ਦੇ ਪਿਤਾ ਭਾਈ ਜੀ ਮੱਤੇ ਸਤਿਗੁਰ ਜੀ ਪਾਤਸ਼ਾਹ ਜੀਓ ਲੈਕੀ ਵਾਲੇ ਪ੍ਰਵਾਨ ਹੋ ਸਤਿਗੁਰ ਜੀ ਪਾਤਸ਼ਾਹ ਜੀਓ $1100 ਹਾਜ਼ਰ ਹੋਏ ਮਹਾਰਾਜ ਜੀ ਪਾਤਸ਼ਾਹ ਜੀ ਲਾਨੇ ਬਣਾਏ ਤੇ ਗੁਰੂ ਕਾਲ ਵਿੱਚ ਜੂਰ ਕਰਦੇ ਇਸੇ ਦਾ ਮਾਰੇ ਲੜਕੇ ਵਾਲੇ ਪ੍ਰਵਾਨ ਹੋ ਸਤਿਗੁਰ ਜੀ ਗੁਰੂ ਘਰ ਵਾਸਤੇ ਆਪਣੇ ਚਰਨਾਂ ਜੋੜੀ ਰੱਖਣਾ ਅੰਮ੍ਰਿਤ ਵੇਲੀਆਂ ਦਾਤਾਂ ਬਖਸ਼ੀਆਂ ਨਾਮ ਬਾਣੀ ਦਾ ਅਭਿਆਸ ਬਖਸ਼ਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਦੀਆਂ ਹਾਜ਼ਰੀਆਂ ਭਰਦੇ ਹੋ ਸਤਿਗੁਰ ਸੱਚੇ ਪਾਤਸ਼ਾਹ ਵਿੱਚ ਸੰਗਤਾਂ ਵੱਲੋਂ ਆਪ ਦੀ ਹਾਜ਼ਰੀਆਂ ਭਰਦੇ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਤੇਰ ਫੁੱਲ ਭੇਟਾ ਦਰ ਪ੍ਰਵਾਨ ਕਰਨੇ ਸਭ ਦੇ ਜਾਣੇ ਕਰ ਭਰਪੂਰ ਕਾਲ ਕਰਦੂ ਕਰਨ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਰਹਿਮਤਾਂ ਦੇ ਘਰ ਦੇ ਵਿੱਚ ਆਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀਓ ਆਈਆਂ ਗੁਰਸਿੱਖ ਸੰਗਤਾਂ ਨੂੰ ਅਲਾਹੀ ਹੁਕਮ ਬਖਸ਼ ਕੇ ਕਿਰਤ ਕਰਨਾ ਜੀ ਸਹੀ ਗੁਰੂ ਪਿਆਲੇ ਮਿਲਣੇ ਜਿਨ੍ਹਾਂ ਨੇ ਆਪ ਦਾ ਪਾਵਨ ਪਿੱਤਰ ਨਾਮ ਦਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸ੍ਰੀ ਸਰਬੱਤ ਦਾ ਭਲਾ ਕਰੇਗਾ ਖਾਲਸਾ ਛੋਟਿਆਂ ਦੇ ਨਾਲ ਰੱਜ ਕੇ
ਪਿਆਰ ਕਰਨਾ ਹੈ। ਉਹ ਹੁਣ ਵੀ ਸਮਾਂ ਕੱਢ ਕੇ ਇੱਥੇ ਪਹੁੰਚੇ ਹਨ। ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਜਿੱਥੇ ਧੰਨਵਾਦ ਕੀਤਾ ਜਾਂਦਾ ਹੈ ਉੱਥੇ ਨਾਲ ਹੀ ਉਹਨਾਂ ਨੂੰ ਰਾਜ ਦੀ ਰਸਮ ਦੇ ਵਿੱਚ ਲੱਖ ਲੱਖ ਵਧਾਈਆਂ ਪੇਸ਼ ਕਰਦਾ ਹਾਂ। ਗੁਰੂ ਇਹਨਾਂ ਬੱਚਿਆਂ ਦੇ ਕਿਰਪਾ ਕਰਨ, ਜਿਸ ਤਰ੍ਹਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੁਸ਼ ਨਜ਼ਰ ਆ ਰਹੇ ਹਨ, ਇਸੇ ਤਰ੍ਹਾਂ ਹੀ ਖੁਸ਼ੀ ਖੁਸ਼ੀ ਆਪਣਾ ਜੀਵਨ ਬਤੀਤ ਕਰਨ। ਇਹ ਖੁਸ਼ੀਆਂ ਇਹਨਾਂ ਦੇ ਜੀਵਨ ਦੇ ਵਿੱਚ ਦੁਨੀਆਂ ਦੇ ਸਵਾਈਆਂ ਹੋਣ, ਜਿਹਨਾਂ ਦਾ ਨਿੱਤ ਕਰਦੇ ਸਨ ਉਹ ਮੰਗ ਵੀ ਕਰਦੇ ਸਨ, ਅਸੀਂ ਵੀ ਮੰਗ ਕਰਦੇ ਹਾਂ ਸੱਚੇ ਪਾਤਸ਼ਾਹ ਸਾਨੂੰ ਦੁੱਧ ਦੇ ਸਾਨੂੰ ਪੁੱਤ ਦੇ, ਉਹ ਜੋਈ ਕਰਿਆ ਕਰਦੇ ਸਨ, ਕਦੀ ਹੰਕਾਰ ਨਹੀਂ ਸਨ ਕਰਦੇ। ਉਹ ਮੈਦਾਨੇ ਜੰਗ ਚੋਂ ਜਿੱਤ ਵੀ ਹਾਸਲ ਕਰਕੇ ਕੀ ਆਖਦੇ ਹਨ, ਬਈ ਜੀਤ ਮੇਰੀ ਕਿਰਪਾ ਕਾਲ ਕੇਰੀ, ਅਕਾਲ ਨੂੰ ਵੀ ਜਿੱਤ ਮੇਰੀ ਹੋਈ ਹੈ ਪਰ ਆਪ ਦੀ ਕਿਰਪਾ ਦੇ ਨਾਲ ਹੋਈ ਹੈ। ਹੰਕਾਰ ਨਹੀਂ ਕਰਨਾ, ਆਪਾਂ ਵੀ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਚੱਲਣ ਲਈ ਆਪਣਾ ਜੀਵਨ ਬਣਾਉਣਾ ਹੈ ਤੇ ਉਸੇ ਤਰ੍ਹਾਂ ਹੀ ਚੱਲਣਾ ਹੈ। ਗੁਰਪੁਰਾ ਦੇ ਸਿਮਰਿਆ ਸਹੀ ਪੈ ਨਿਹਾਲ, ਨਾਨਕ ਨਾਮ ਰਤਨਾ ਕਾਰਜ ਆਵੇ ਰਾਸ। ਅੱਜ ਬਸਰਾ ਪਰਿਵਾਰ ਤੇ ਸੰਧੂ ਪਰਿਵਾਰ ਦੋਹਾਂ ਹੀ ਪਰਿਵਾਰਾਂ ਨੇ ਗੁਰੂ ਦਾ ਓਰ ਤੇ ਆਸਰਾ ਲਿਆ ਹੈ। ਗੁਰੂ ਫਿਰ ਉਹਨਾਂ ਦੇ ਜੋ ਆਸਰਾ ਦਿੰਦੇ ਹਨ ਉਹਨਾਂ ਦੇ ਬਖਸ਼ਿਸ਼ਾਂ ਕਰਦੇ ਹਨ ਤੇ ਉਹਨਾਂ ਦੇ ਕਾਰਜ ਵੀ ਸੰਪੂਰਨ ਕਰਦੇ ਹਨ। ਦੋਵੇਂ ਹੀ ਪਰਿਵਾਰ ਗੁਰੂ ਘਰ ਦੇ ਸ਼ਰਧਾਲੂ ਹਨ। ਸੱਚੇ ਦਿਲੋਂ ਗੁਰੂ ਦੀ ਕੀਤੀ ਹੋਈ ਸੇਵਾ ਮਨੁੱਖ ਦੀ ਜ਼ਿੰਦਗੀ ਵਿੱਚ ਜ਼ਰੂਰ ਰੰਗ ਲਿਆਉਂਦੀ ਹੈ। ਨਿਮਰਤਾ ਦੇ ਮਿੱਠੇ ਵਚਨ ਹੀ ਮਨੁੱਖ ਦੀ ਜ਼ਿੰਦਗੀ ਦਾ ਸ਼ਿਕਾਰ ਹਨ। ਚੰਗਿਆਈਆਂ ਸਾਡੀ ਜ਼ਿੰਦਗੀ ਦੀ ਸੁੰਦਰਤਾ ਨੂੰ ਵਧਾਉਂਦੀਆਂ ਹਨ। ਸੰਧੂ ਪਰਿਵਾਰ ਸਰ ਭਜਨ ਤੋਂ ਮਾਪਿਆਂ ਨੂੰ ਵਿਦਾ ਕਰਨਾ ਪੈਂਦਾ ਹੀ ਹੈ। ਧੀਆਂ ਧਿਆਣੀਆਂ ਕਿਹਨਾਂ ਜੰਮੀਆਂ ਕਿਹਨਾਂ ਲੈ ਜਾਣੀਆਂ, ਪਲੀ ਕਿਸੇ ਪਾਸੇ ਚਲੀ ਕਿਸੇ ਪਾਸੇ, ਇਹ ਸੰਸਾਰ ਦੀ ਰੀਤ ਹੈ। ਜਿਸ ਘਰ ਵਿੱਚ ਧੀ ਜਨਮ ਲੈਂਦੀ ਹੈ ਉਹ ਘਰ ਇੱਕ ਸਕੂਲ ਦੀ ਤਰ੍ਹਾਂ ਹੁੰਦਾ ਹੈ, ਜਿੱਥੇ ਸਾਰੀ ਉਮਰ ਆਪਦੇ ਮਾਪਿਆਂ ਦੇ ਘਰ ਉਹ ਸਾਰਾ ਕੁਝ ਸਿੱਖਦੀ ਹੈ ਅਤੇ ਫਿਰ ਉਹ ਜਾ ਕੇ ਸਹੁਰਿਆਂ ਦੇ ਘਰ ਉਹ ਸਿੱਖਿਆ ਹੋਇਆ ਆਪਦਾ ਪਿਆਰ ਵਧਾਉਂਦੀ ਹੈ। ਬੇਨਤੀ ਹੈ ਇਸ ਜੋੜੇ ਨੂੰ ਬੱਚਿਆਂ ਨੂੰ, ਤੁਹਾਡੇ ਲਈ ਸਭ ਤੋਂ ਮਹਾਨ ਜਿਹੜੇ ਹਨ ਇਸ ਵਕਤ ਇਸ ਧਰਤੀ 'ਤੇ ਉਹ ਗੁਰੂ ਗ੍ਰੰਥ ਸਾਹਿਬ ਹਨ। ਤੁਸੀਂ ਕੋਈ ਖੁਸ਼ੀ ਹੁੰਦੀ ਹੈ ਗੁਰੂ ਮਹਾਰਾਜ ਦਾ ਧੰਨਵਾਦ ਕਰਨਾ, ਕੋਈ ਤਕਲੀਫ ਹੁੰਦੀ ਹੈ ਗੁਰੂ ਮਹਾਰਾਜ ਅੱਗੇ ਆ ਕੇ ਅਰਦਾਸ ਕਰਨੀ ਹੈ। ਉਸ ਤੋਂ ਬਾਅਦ ਤੁਸੀਂ ਆਪ ਦੀ ਇੰਨਾ ਪਿਆਰ ਰੱਖਣਾ, ਇਸ ਸੰਸਾਰ 'ਤੇ ਜਿਹੜਾ ਮਨੁੱਖ ਜੀ ਜੀ ਕਰਦਾ ਉਸੇ ਦਾ ਹੀ ਜੀ ਲੱਗਦਾ ਹੈ। ਜਿਹੜਾ ਬੰਦਾ ਜੀ ਜੀ ਤੋਂ ਉਖੜ ਜਾਂਦਾ ਹੈ, ਰੁਕੇ ਬਣੇ ਚਲੇ ਜਾਂਦਾ ਹੈ, ਉਹ ਹਰ ਥਾਂ ਕ੍ਰੋਧੀ ਹੋ ਜਾਂਦਾ ਹੈ, ਚਿੰਤਾ ਹੋ ਜਾਂਦਾ ਹੈ, ਵਿਰੋਧ ਵੱਧ ਜਾਂਦਾ ਹੈ, ਸੰਤਾਪ ਹੋ ਜਾਂਦਾ ਹੈ। ਬਹੁਤਾ ਮੈਂ ਟਾਈਮ ਨਾ ਲਵਾਂ ਕਿਉਂਕਿ ਟਾਈਮ ਅੱਗੇ ਕਾਫੀ ਹੋ ਗਿਆ। ਜੋ ਕਿ ਇਹ ਲੜਕੀ ਕਾਕਾ ਇੰਦਰਜੀਤ ਸਿੰਘ ਲਾਗਲੇ ਦੇ ਮਾਮੇ ਦੀ ਬੇਟੀ ਹੈ, ਤੁਹਾਨੂੰ ਸਭ ਨੂੰ ਪਤਾ ਜਿਹੜੇ ਫਰੀਦਕੋਟ ਰਹਿੰਦੇ ਹਨ ਕਿ ਇੰਦਰਜੀਤ ਸਿੰਘ ਲਾਗਰਾ ਇਸ ਸਾਡੇ ਸ਼ਹਿਰ ਦਾ ਸਭ ਤੋਂ ਹਰਮਨ ਪਿਆਰਾ ਨੌਜਵਾਨ ਹੈ। ਜਦੋਂ ਇਹ ਕਿਸੇ ਪ੍ਰੋਗਰਾਮ ਦੇ ਵਿੱਚ ਚਲਿਆ ਜਾਂਦਾ ਹੈ, ਸਿਰਫ ਹੁੰਦਾ ਤਾਂ ਇਕੱਲਾ ਹੀ ਹੈ ਉੱਥੇ, ਇਕੱਲਾ ਹੀ ਜਾਂਦਾ ਅਤੇ ਐਂ ਲੱਗਦਾ ਜਿਵੇਂ ਦੁੱਗਣੀ ਗਿਣਤੀ ਹੋ ਗਈ ਹੁੰਦੀ ਹੈ, ਉਸ ਪ੍ਰੋਗਰਾਮ ਦੁੱਗਣੀ ਰੌਣਕ ਹੋ ਜਾਂਦੀ ਹੈ। ਇਸ ਦੀ ਇੱਥੇ ਇੱਕ ਬਹੁਤ ਵੱਡੀ ਦੇਣ ਹੈ ਇਸ ਇਲਾਕੇ 'ਚ ਕਿ ਬਜ਼ੁਰਗ ਹੈ ਜਿਹੜੇ ਇੱਥੇ ਸਾਡੇ ਉੱਥੇ ਬਰਾਲੀ ਪਾਰਕ ਦੇ ਵਿੱਚ ਬੈਠਦੇ ਆ, ਸਾਰਿਆਂ ਦੀ ਸੇਵਾ ਕਰਦਾ, ਕਿਸੇ ਨੂੰ ਕਿਤੇ ਜਾ ਕੇ ਛੱਡਦਾ, ਕਿਤੇ ਕਿਸੇ ਨੂੰ ਲੈ ਕੇ ਜਾਂਦਾ। ਮੇਰਾ ਕਹਿਣ ਦਾ ਭਾਵ ਕਿ ਇੰਦਰਜੀਤ ਦਾ ਲਾਗਰੇ ਦਾ ਬਹੁਤ ਨਾਮ ਹੈ। ਇੰਦਰਜੀਤ ਲਾਗਰਾ ਆਪਦੇ ਮਾਮੇ ਦੀ ਅਤੇ ਆਪਦੀ ਮਾਮੀ ਦੀ ਵਿਆਹ ਕਰਕੇ ਜ਼ਿੰਮੇਵਾਰੀ ਨਿਭਾ ਰਿਹਾ, ਇਸ ਦਾ ਬਹੁਤ ਬਹੁਤ ਧੰਨਵਾਦ ਹੈ। ਇਸ ਨੂੰ ਅਤੇ ਇਸ ਦੀ ਧਰਮਸਪਤਨੀ ਨੂੰ ਗੁਰੂ ਘਰ ਵੱਲੋਂ ਬਹੁਤ ਸ਼ਾਬਾਸ਼ ਬਹੁਤ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਲੜਕੀ ਦੇ ਮਾਤਾ ਪਿਤਾ ਜੀ ਇੰਡੀਆ ਬੈਠੇ ਹੈ, ਉਹ ਵੀ ਬੈਠੇ ਜ਼ਰੂਰ ਫੇਸਬੁੱਕ 'ਤੇ ਜਾਂ ਦੇਖ ਲੈਣਗੇ ਜਾਂ ਦੇਖਦੇ ਹੋਣੇ ਆ। ਤੁਹਾਨੂੰ ਪਤਾ ਸਵੇਰ ਦੇ ਉੱਥੇ ਕੋਈ 4:15 ਵੱਜ ਗਏ ਹਨ, ਉਹ ਉੱਥੇ ਉਹਨਾਂ ਨੂੰ ਲੜਕੀ ਦੇ ਮਾਤਾ ਪਿਤਾ ਨੂੰ ਇਸ ਗੁਰੂ ਘਰ ਵੱਲੋਂ ਗੁਰੂ ਦੀ ਸਾਧ ਸੰਗਤ ਵੱਲੋਂ ਇਹਨਾਂ ਬੱਚਿਆਂ ਦੇ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ। 4 ਬੁਲਾਏ ਨੇ, ਸਿਰਫ ਮੈਨੂੰ ਰਵਿੰਦਰ ਬੋਇਲ ਦਾ ਇਹ ਹੁਕਮ ਹੋਇਆ ਸੀ ਵੀ ਸਾਰਿਆਂ ਅੱਗੇ ਬੇਨਤੀ ਕਰਨੀ ਹੈ ਵੀ ਸਿਰਫ 2-2 ਮਿੰਟ ਲਾਉਣ, ਕੀ ਬੋਲਣਾ ਕਿ ਸਿਰਫ ਵਧਾਈਆਂ ਦੇਣੀਆਂ। ਆਪਾਂ ਸਾਰੇ ਵਧਾਈਆਂ ਦੇਣ ਆਏ ਹਾਂ,
पर साडे जिहड़े चार बुलारे है इस स्पीकर द्वारा बधाइयां देनिया चाहुंदे हन चाहीदा वी है। सब तों पहलां सरदार गुरनाम सिंह जी हुंदल उन्हां अगे बेनती करदे हां ਉਹ ਆ ਜਾਣ ਦੋ ਮਿੰਟ ਲਈ। ਉਹਨਾਂ ਤੋਂ ਬਾਅਦ ਸ਼ੇਰ ਸਿੰਘ ਚੌਹਾਨ ਜੀ ਉਹ ਵੀ ਨੇੜੇ ਆ ਜਾਣ, ਬਾਅਦ ਰਵਿੰਦਰ ਸਿੰਘ ਗੋਇਲ ਅਤੇ ਬਾਅਦ ਦੇ ਵਿੱਚ ਅਰਵਿੰਦਰ ਸਿੰਘ ਲਾਖਣ। ਉਸ ਤੋਂ ਬਾਅਦ ਮਨੁੱਖਤਾ ਦੇ ਸੱਚੇ ਦੇ ਸੱਚੇ ਰਹਿਬਰ ਯੁਗ ਯੁਗ ਅਟਲ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸ਼ੁਭ ਮੌਕੇ 'ਤੇ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ ਸਾਹਿਬਾਂ ਦੀ ਦਿੱਤੀ ਹੋਈ ਫਤਿਹ ਸਾਂਝੀ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਦਾਤਾ ਪੈ ਭੰਜਨੋ ਤੇ ਸਾਗੇ ਕਾਰਿ ਅਰਦਾਸ, ਮਿਹਰ ਕਰੇ ਜਿਸ ਮਿਹਰਬਾਨ ਦਾ ਕਾਰਜ ਆਵੇ ਰਾਸ, ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ ਇਹ ਉਸਦੀ ਵਡਿਆਈ। ਅੱਜ ਸਵੇਰ ਤੋਂ ਹੀ ਨਹੀਂ ਬੱਚਿਆਂ ਦੇ ਮਾਤਾ ਪਿਤਾ ਨੂੰ ਜਦੋਂ ਤੋਂ ਬੱਚੇ ਪੜ੍ਹ ਲਿਖ ਲੈਂਦੇ ਹਨ ਉਸ ਦਿਨ ਤੋਂ ਹੀ ਇਸ ਭਾਗੇ ਸਮੇਂ ਦੀ ਉਡੀਕ ਹੁੰਦੀ ਹੈ। ਜੋ ਅਕਾਲ ਪੁਰਖ ਦੀ ਮਿਹਰ ਦਾ ਸਦਕਾ ਅੱਜ ਸਾਡੇ ਬੜੇ ਭਾਈ ਸਾਹਿਬ ਸਾਹਿਬ ਭਜਨ ਸਿੰਘ ਜੀ ਸੰਧੂ ਉਸਦੇ ਸਮੂਹ ਸੰਧੂ ਪਰਿਵਾਰ ਤੇ ਦੂਸਰੇ ਬਸਰਾ ਪਰਿਵਾਰ ਜਿਨ੍ਹਾਂ ਨੂੰ ਇਹ ਮੋਲ ਘੜੀਆਂ ਅੱਜ ਨਸੀਬ ਹੋਈਆਂ ਹਨ। ਸੰਸਾਰ ਦੇ ਵਿੱਚ ਜਿਤਨੇ ਵੀ ਧਰਮ ਹਨ ਹਰ ਧਰਮ ਦਾ ਆਪੋ ਆਪਣਾ ਨੇਮ ਹੈ, ਆਪੋ ਆਪਣਾ ਅਸੂਲ ਹੈ। ਕੋਈ ਇਸ ਰਸਮ ਨੂੰ ਵਿਆਹ ਆਖਦਾ ਹੈ, ਕੋਈ ਮੁਸਲਮਾਨ ਧਰਮ ਵਿੱਚ ਇਸ ਨੂੰ ਨਿਕਾਹ ਆਖਿਆ ਜਾਂਦਾ ਹੈ, ਕ੍ਰਿਸਚਨ ਧਰਮ ਵਿੱਚ ਕ੍ਰਾਈਸਟ ਕਰਕੇ ਹੀ ਜਾਣਿਆ ਜਾਂਦਾ ਹੈ, ਸਿੱਖ ਧਰਮ ਦੇ ਵਿੱਚ ਇਸ ਨੂੰ ਆਨੰਦ ਕਾਰਜ ਆਖਿਆ ਜਾਂਦਾ ਹੈ। ਵਿਆਹ ਦੋ ਜੀਆਂ ਦਾ ਸੁਮੇਲ ਤੇ ਦੋ ਪਰਿਵਾਰਾਂ ਦੀ ਰਿਸ਼ਤੇਦਾਰੀ ਦਾ ਮੁੱਢ ਵਾਅਦਾ ਹੈ। ਆਨੰਦ ਕਾਰਜ ਦਾ ਮਤਲਬ ਹੈ ਜੇ ਮਨੁੱਖ ਨੂੰ ਜ਼ਿੰਦਗੀ ਵਿੱਚ ਆਨੰਦ ਪ੍ਰਾਪਤ ਹੋ ਜਾਵੇ ਤਾਂ ਫਿਰ ਸਵਾਲ ਉੱਠਦਾ ਹੈ ਕਿ ਆਨੰਦ ਪ੍ਰਾਪਤ ਕਿੱਥੋਂ ਹੁੰਦਾ ਹੈ। ਆਨੰਦ ਗੁਰੂ ਕੀ ਸੰਗਤ ਗੁਰੂ ਚਰਨਾਂ ਚੋਂ ਪ੍ਰਾਪਤ ਹੁੰਦਾ ਹੈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਤੀਸਰੀ ਜੋਤ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਵਨ ਸ਼ਬਦ ਹਨ, ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ। ਤੋ ਫਿਰ ਮੈਂ ਸੁਭਾਗ ਜੋੜੀ ਨੂੰ ਬੇਨਤੀ ਕਰਾਂਗਾ ਕਿ ਜੇ ਆਨੰਦ ਦੀ ਪ੍ਰਾਪਤੀ ਕਰਨੀ ਹੈ ਤਾਂ ਆਪਣਾ ਸਾਰਾ ਜੀਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੜ ਕੇ ਹੀ ਬਤੀਤ ਕਰਨਾ ਹੋਵੇਗਾ। ਨਾਲੇ ਉਹਨੀ ਹੀ ਸੁਭਾਗ ਜੋੜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਪ੍ਰਕਰਮਾਂ ਕੀਤੀਆਂ ਹਨ। ਜਿਸ ਗੁਰੂ ਦੀਆਂ ਪ੍ਰਕਰਮਾ ਕਰ ਲਈਏ, ਜਿਸ ਗੁਰੂ ਨੂੰ ਗੁਰੂ ਮੰਨ ਲਈਏ ਤੇ ਜਿਸ ਗੁਰੂ ਦੇ ਫਿਰ ਸਿੱਖ ਬਣ ਜਾਈਏ, ਉਹਦੀ ਆਗਿਆ ਦਾ ਪਾਲਣ ਕਰਨਾ ਅਤਿ ਜ਼ਰੂਰੀ ਹੈ। ਆਨੰਦ ਹੀ ਸਾਡੇ ਜੀਵਨ ਦਾ ਮੁੱਖ ਉਦੇਸ਼ ਹੈ। ਜਦੋਂ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤੇ ਬਾਕੀ ਫਿਰ ਪਿੱਛੇ ਕੁਝ ਨਹੀਂ ਰਹਿ ਜਾਂਦਾ, ਪਰ ਇਹ ਪੂਰੇ ਗੁਰ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਹੈ। ਬਹੁਤ ਸਾਰੇ ਲੋਕ ਇਸ ਨੂੰ ਸ਼ਾਦੀ ਵੀ ਆਖਦੇ ਹਨ। ਸ਼ਾਦੀ ਜੇ ਡੰਗਾਈ ਵਿੱਚ ਜਾਓ ਤੇ ਇਹ ਫਾਰਸੀ ਦਾ ਹੀ ਪਹਿਲਾਂ ਤੋਂ ਸ਼ਾਦ ਅੱਖਰ ਚੋਂ ਨਿਕਲਿਆ, ਜਿਸ ਦਾ ਮਤਲਬ ਹੈ ਖੁਸ਼ੀ ਦਾ ਸਮਾਂ। ਮਨੁੱਖ ਦੀ ਜ਼ਿੰਦਗੀ ਦੇ ਵਿੱਚ ਦੋ ਵਾਰ ਖੁਸ਼ੀ ਆਉਂਦੀ ਹੈ, ਇੱਕ ਜਨਮ ਵੇਲੇ ਤੇ ਇੱਕ ਉਹ ਖੁਸ਼ੀ ਜਿਹੜੀ ਅੱਜ ਸਾਡੇ ਕਾਕਾ ਜੀ ਰਣਦੀਪ ਸਿੰਘ ਜੀ ਸੰਧੂ ਤੇ ਸਾਡੀ ਇਸ ਬੱਚੀ ਨੂੰ ਪ੍ਰਾਪਤ ਹੋਈ ਹੈ। ਸਾਰੇ ਰਿਸ਼ਤੇਦਾਰ ਸੱਜਣ ਤੇ ਦੋਸਤ ਜਿਹੜੇ ਦੋਹਾਂ ਹੀ ਪਰਿਵਾਰਾਂ ਦੇ ਸੱਦੇ ਪੱਤਰਾਂ ਦੇ ਇੱਥੇ ਪਹੁੰਚੇ ਹਨ, ਜਿਨ੍ਹਾਂ ਨੇ ਇਸ ਰਸਮ ਦੀ ਰੌਣਕ ਨੂੰ ਵਧਾਇਆ ਹੈ, ਜਿਨ੍ਹਾਂ ਨੇ ਗੁਰੂ ਚਰਨਾਂ ਦੇ ਹਾਜ਼ਰੀਆਂ ਨੂੰ ਆ ਕੇ ਆਪਣੇ ਭਵਿੱਖ ਨੂੰ ਉਜਲਾ ਕੀਤਾ ਹੈ, ਸਾਰੇ ਖੁਸ਼ੀਆਂ ਦੇ ਨਾਲ ਝੂਮ ਰਹੇ ਹਨ। ਮੈਂ ਵੀ ਇਹਨਾਂ ਖੁਸ਼ੀਆਂ ਵਿੱਚ ਸਾਂਝ ਪਾਉਂਦਾ ਹੋਇਆ ਸਰਦਾਰ ਭਜਨ ਸਿੰਘ ਜੀ ਸੰਧੂ ਸਮੂਹ ਸੰਧੂ ਪਰਿਵਾਰ, ਸਾਡੀ ਭੈਣ ਗੁਰਸ਼ਰਨ ਕੌਰ, ਸਰਦਾਰ ਬਲਦੇਵ ਸਿੰਘ ਜੀ ਹੁੰਦਰ ਤੇ ਸਾਰੇ ਪਰਿਵਾਰ ਨੂੰ ਬਹੁਤ ਹੀ ਦੋਹਰੀ ਦੋਹਰੀ ਵਧਾਈ ਪੇਸ਼ ਕਰਦਾ ਹਾਂ। ਸਾਡੇ ਛੋਟੇ ਵੀਰ ਸਰਦਾਰ ਬਲਜੀਤ ਸਿੰਘ ਜੀ ਸੰਧੂ ਜਿਹੜੇ ਵੱਡਾ ਆਪਣਾ ਕਾਰੋਬਾਰ ਦੇ ਵਿੱਚੋਂ ਛੱਡ ਕੇ ਸਮਾਂ ਕੱਢ ਕੇ ਇੱਥੇ ਆਏ ਹਨ ਤੇ ਉਹ ਸਦਾ ਹੀ ਇਸੇ ਤਰ੍ਹਾਂ ਟਾਈਮ ਕਰਦੇ ਹਨ।
ਉਹਨਾਂ ਦੇ ਮਨ ਦਾ ਮਨੋਰਥ ਸੀ ਵੱਡਿਆਂ ਦੇ ਸਤਿਕਾਰ ਕਰਨਾ, ਇੱਜ਼ਤ ਕਰਨੀ ਹੈ ਤੇ ਛੋਟਿਆਂ ਦੇ ਨਾਲ ਰੱਜ ਕੇ ਪਿਆਰ ਕਰਨਾ ਹੈ। ਉਹ ਹੁਣ ਵੀ ਸਮਾਂ ਕੱਢ ਕੇ ਇੱਥੇ ਪਹੁੰਚੇ ਹਨ। ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਜਿੱਥੇ ਧੰਨਵਾਦ ਕੀਤਾ ਜਾਂਦਾ ਹੈ ਉੱਥੇ ਨਾਲ ਹੀ ਉਹਨਾਂ ਨੂੰ ਮਹਾਰਾਜ ਦੀ ਰਸਮ ਦੇ ਵਿੱਚ ਲੱਖ ਲੱਖ ਵਧਾਈਆਂ ਪੇਸ਼ ਕਰਦਾ ਹਾਂ। ਗੁਰੂ ਇਹਨਾਂ ਬੱਚਿਆਂ ਦੇ ਕਿਰਪਾ ਕਰਨ, ਜਿਸ ਤਰ੍ਹਾਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਖੁਸ਼ ਨਜ਼ਰ ਆ ਰਹੇ ਹਨ, ਇਸੇ ਤਰ੍ਹਾਂ ਹੀ ਖੁਸ਼ੀ ਖੁਸ਼ੀ ਆਪਣਾ ਜੀਵਨ ਬਤੀਤ ਕਰਨ। ਇਹ ਖੁਸ਼ੀਆਂ ਇਹਨਾਂ ਦੇ ਜੀਵਨ ਦੇ ਵਿੱਚ ਦੁਨੀਆਂ ਦੇ ਸਮਾਈਆਂ ਹੋਣ, ਜਿਹਨਾਂ ਦਾ ਲਿਖ ਤੇ ਜਿਹਨਾਂ ਦਾ ਆਨੰਦ ਇਹਨਾਂ ਦੇ ਮਾਤਾ ਪਿਤਾ ਵੀ ਮਾਣ ਸਕਣ। ਇਹ ਖੁਸ਼ੀ ਇਹਨਾਂ ਦੇ ਜੀਵਨ ਦੇ ਵਿੱਚ ਸਦਾ ਹੀ ਪ੍ਰਫੁੱਲਤ ਰਹੇ। ਜ਼ਿੰਦਗੀ ਵਿੱਚ ਜਿੱਥੇ ਦੁੱਖ ਹਨ ਉੱਥੇ ਸੁੱਖ ਹਨ। ਹਰ ਦੁੱਖ ਤੇ ਸੁੱਖ ਦੀ ਘੜੀ ਵਿੱਚ ਬਾਬੇ ਨਾਨਕ ਦੇ ਦਰਬਾਰ ਵਿੱਚ ਆ ਕੇ ਹੀ ਮੱਥਾ ਟੇਕਣਾ ਹੈ, ਰਜੋਈ ਕਰਨੀ ਹੈ, ਅਰਦਾਸ ਕਰਨੀ ਹੈ ਤੇ ਫਿਰ ਜੋ ਮੰਗੇ ਠਾਕਰੇ ਆਪਣੇ ਤੇ ਸੋਈ ਸੋਈ ਦੇਵੇ। ਗੁਰੂ ਦੇ ਘਰ ਖਾਲੀ ਝੋਲੀ ਆ ਕੇ ਝੋਲੀਆਂ ਭਰ ਕੇ ਲੈ ਜਾਣਾ ਹੈ। ਦਸਮ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਮੇਸ਼ਾ ਹੀ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਿਆ ਕਰਦੇ ਸਨ, ਰਜੋਈ ਕਰਦੇ ਸਨ, ਉਹ ਮੰਗ ਵੀ ਕਰਦੇ ਸਨ। ਅਸੀਂ ਵੀ ਮੰਗ ਕਰਦੇ ਹਾਂ, ਸੱਚੇ ਪਾਤਸ਼ਾਹ ਸਾਨੂੰ ਦੁੱਧ ਦੇ, ਸਾਨੂੰ ਪੁੱਤ ਦੇ, ਉਹ ਰਜੋਈ ਕਰਿਆ ਕਰਦੇ ਸਨ, ਕਦੀ ਹੰਕਾਰ ਨਹੀਂ ਸਨ ਕਰਦੇ। ਉਹ ਮੈਦਾਨੇ ਜੰਗ ਚੋਂ ਜਿੱਤ ਵੀ ਹਾਸਲ ਕਰਕੇ ਕੀ ਆਖਦੇ ਹਨ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ, ਅਕਾਲ ਪੁਰਖ ਜਿੱਤ ਮੇਰੀ ਹੋਈ ਹੈ ਪਰ ਆਪਦੀ ਕਿਰਪਾ ਦੇ ਨਾਲ ਹੋਈ ਹੈ। ਹੰਕਾਰ ਨਹੀਂ ਕਰਨਾ, ਆਪਾਂ ਵੀ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਚੱਲਣ ਲਈ ਆਪਣਾ ਜੀਵਨ ਬਣਾਉਣਾ ਹੈ ਤੇ ਉਸੇ ਤਰ੍ਹਾਂ ਹੀ ਚੱਲਣਾ ਹੈ। ਗੁਰਪੁਰਾ ਦੇ ਸਿਮਰਿਆ ਸਹੀ ਪੈ ਨਿਹਾਲ, ਨਾਨਕ ਨਾਮ ਰਚਨਾ ਕਾਰਜ ਆਵੇ ਰਾਸ। ਅੱਜ ਬਸਰਾ ਪਰਿਵਾਰ ਤੇ ਸੰਧੂ ਪਰਿਵਾਰ ਦੋਹਾਂ ਹੀ ਪਰਿਵਾਰਾਂ ਨੇ ਗੁਰੂ ਦਾ ਓਟ ਤੇ ਆਸਰਾ ਲਿਆ ਹੈ। ਗੁਰੂ ਫਿਰ ਉਹਨਾਂ ਦੇ ਜੋ ਆਸਰਾ ਦਿੰਦੇ ਹਨ ਉਹਨਾਂ ਦੇ ਬਖਸ਼ਿਸ਼ਾਂ ਕਰਦੇ ਹਨ ਤੇ ਉਹਨਾਂ ਦੇ ਕਾਰਜ ਵੀ ਸੰਪੂਰਨ ਕਰਦੇ ਹਨ। ਦੋਵੇਂ ਹੀ ਪਰਿਵਾਰ ਗੁਰੂ ਘਰ ਦੇ ਸ਼ਰਧਾਲੂ ਹਨ। ਸੱਚੇ ਦਿਲੋਂ ਗੁਰੂ ਦੀ ਕੀਤੀ ਹੋਈ ਸੇਵਾ ਮਨੁੱਖ ਦੀ ਜ਼ਿੰਦਗੀ ਵਿੱਚ ਜ਼ਰੂਰ ਰੰਗ ਲਿਆਉਂਦੀ ਹੈ। ਨਿਮਰਤਾ ਦੇ ਮਿੱਠੇ ਵਚਨ ਹੀ ਮਨੁੱਖ ਦੀ ਜ਼ਿੰਦਗੀ ਦਾ ਸ਼ਿੰਗਾਰ ਹਨ, ਚੰਗਿਆਈਆਂ ਸਾਡੀ ਜ਼ਿੰਦਗੀ ਦੀ ਸੁੰਦਰਤਾ ਨੂੰ ਵਧਾਉਂਦੀਆਂ ਹਨ। ਸੰਧੂ ਪਰਿਵਾਰ, ਸਰਭਜਨ ਸਿੰਘ ਜੀ ਸੰਧੂ ਦੇ ਸਮੂਹ ਸੰਧੂ ਪਰਿਵਾਰ ਸਾਰੇ ਸਮਾਜ ਦੇ ਵਿੱਚ ਵੀ ਬੜੀ ਹਮਦਰਦੀ ਦੇ ਨਾਲ ਵਿਚਰਦਾ ਹੈ, ਦੁੱਖ ਸੁੱਖ ਪੁੱਛਦਾ ਹੈ। ਨੇਕ ਇਰਾਦਾ, ਨੇਕ ਯਤਨ ਤੇ ਨੇਕ ਭਾਵਨਾ ਹੀ ਸੁਭਾਵਕ ਦੇ ਕੀ ਹੈ। ਚੰਗੇ ਮਨੁੱਖ ਦਾ ਵਿਹਾਰ ਸੁੱਚਾ, ਆਚਾਰ ਉੱਚਾ ਤੇ ਬੋਲ ਮਿੱਠਾ ਹੁੰਦਾ ਹੈ। ਇਹ ਸਾਰੇ ਹੀ ਗੁਣ ਇਸ ਪਰਿਵਾਰ ਦੇ ਵਿੱਚ ਹਨ। ਵਾਹਿਗੁਰੂ ਇਸ ਪਰਿਵਾਰ ਨੂੰ ਤੰਦਰੁਸਤੀ, ਚੜ੍ਹਦੀਆਂ ਕਲਾਂ ਤੇ ਇਹ ਹਮੇਸ਼ਾ ਹੀ ਪਰਿਵਾਰ ਸਫਲਤਾਵਾਂ ਇਹਨਾਂ ਨੂੰ ਮਿਲ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹਿਣ। ਸੁਭਾਗ ਜੋੜੀ ਨੂੰ ਸਤਿਗੁਰੂ ਗੁਰਸਿੱਖੀ ਜੀਵਨ ਲੰਬੀ ਆਯੂ ਤੇ ਦੁਨੀਆਂ ਦੇ ਸਾਰੇ ਸੁੱਖ ਸਤਿਗੁਰੂ ਇਹਨਾਂ ਦੀ ਝੋਲੀ ਦੇ ਵਿੱਚ ਪਾਉਣ। ਗਿਆਨੀ ਸਿੰਘ ਜਿਹਨਾਂ ਨੇ ਬੜੇ ਹੀ ਸੱਜੇ ਢੰਗ ਦੇ ਨਾਲ ਤੇ ਛੋਟੇ ਸਮੇਂ ਦੇ ਵਿੱਚ, ਕਿਉਂਕਿ ਅਸੀਂ ਸਾਰੇ ਹੀ ਲੇਟ ਸਾਂ, ਬੜੇ ਸੱਚੇ ਢੰਗ ਦੇ ਨਾਲ ਇਹਨਾਂ ਨੇ ਇਸ ਰਸਮ ਨੂੰ ਨਿਭਾਇਆ ਹੈ। ਕੀਰਤਨੀ ਸਿੰਘ ਜਿਹਨਾਂ ਨੇ ਬੜਾ ਹੀ ਇਹਨਾਂ ਨੇ ਮੈਲੋਡਸ ਕੀਰਤਨ ਕੀਤਾ ਹੈ, ਗੁਰੂ ਦੀ ਬਾਣੀ ਦਾ ਤੇ ਗੁਰੂ ਚਰਨਾਂ ਨਾਲ ਸਾਨੂੰ ਜੋੜਿਆ ਹੈ। ਮੇਰੇ ਵੀਰ ਭੈਣਾਂ ਜਿਹੜੇ ਦੂਰੋਂ ਨੇੜੇ ਹੋ ਇੱਥੇ ਪਹੁੰਚੇ ਹਨ, ਸੰਧੂ ਪਰਿਵਾਰ ਵੱਲੋਂ ਸਾਰਿਆਂ ਦਾ ਹਿੱਤਾਂ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਮਨ ਵਿੱਚ ਇਹ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਆਸ, ਕੋਈ ਭੁੱਲ ਚੁੱਕ ਦੀ ਫਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਖਿਆਲ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ ਤੇ ਸਾਰੇ ਬਸਾ ਪਰਿਵਾਰ ਤੇ ਸੰਧੂ ਪਰਿਵਾਰ ਨੂੰ ਅੱਜ ਵਿਆਹ ਦੀ ਖੁਸ਼ੀ ਦੇ ਵਿੱਚ ਬਹੁਤ ਬਹੁਤ ਵਧਾਈਆਂ। ਦਾਸ ਕੋਈ ਬੁਲਾਣਾ ਤਾਂ ਹੈ ਨਹੀਂ, ਪਰ ਨਾਰਾ ਸਾਹਿਬ ਕਿਹਾ ਕਿ ਗੌਰਮੈਂਟ ਦੇ ਲਈ ਬੋਲਣਾ ਪਿਆ ਆ ਤੇ ਨਾਰਾ ਸਾਹਿਬ ਵਧਾਈ ਦੇ ਪਾਤਰ ਨੇ ਜੀ, ਜਿਹਨਾਂ ਨੇ ਕਨੇਡਾ ਤੋਂ ਬੇਟੀ ਨੂੰ ਲਿਆ ਕੇ ਇੱਥੇ ਤੇ ਇੱਡਾ ਵੱਡਾ ਪੁੰਨ ਖੱਟਿਆ ਹੈ ਤੇ ਬਹੁਤ ਹੀ ਵਧੀਆ ਸੁਚੇ ਢੰਗ ਦੇ ਨਾਲ ਇਹ ਆਪਣੀ ਡਿਊਟੀ ਨਿਭਾ ਰਹੇ ਹਨ ਤੇ ਫਿਰ ਦੁਬਾਰਾ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।
सब तो पहला मैं दो ही परिवार संधु परिवार बसरा परिवार उन्होंने इस शुभ आनंद कार्य दिया लख लख बधाइया दिता हाँ। बसरा परिवार सरदार परमजीत सिंह बसरा जो कि इंडिया के हैं इंद्रजीत सिंह नागरा मेरे बड़े ही करीबी दोस्त हैं तो बड़े चिर तो साड़ी इंडिया को ही मिल वर्तन है इन्होंने परिवारों दोवें परिवार बहुत ही चंगे हैं संधु परिवार ना साड़ा जो मैं उन्होंने मिलया तो मिल के पता लगा बहुत ही वधिया परिवार साऊ परिवार अपने इलाके असर सूक रखने वाला परिवार है संधु परिवार सरदार भगत सिंह जी संधु जिन्होंने पोत्र हैं हरदीप सिंह संधु तो मैं सरदार बजुर्ग हरभजन सिंह संधु तो माता जी सरकार जो माता सवान गुरु संधु जी को लख लख बधाई दिता तो समा बहुत है तो मैं समझ नहीं जागत समझ रहा सिर्फ क्योंकि सारे ने सिखिया तो बहुत वधिया दिखती है जिम्मे कि हुंदल साहब ने चौहान साहब ने जोड़ी को बहुत ही वधिया सिक्ख्या दी है तो मैं तो सिर्फ मेरे नागरा साहब ने जोड़ी लाई है तो मैं तो धन्यवाद ही सारे का लिखी सारे जिया ही अक ले आया तो नागरा परिवार को सारे जिन्हें भी तुम आए हो एक एक करो सा सिर मे इतने पहुंचने दे तो परिवार वालों सारे लिखी जिया आया इस जिमें कि ब्याह दुशिया मेरे ख्याल संधु परिवार को कनेडा इंग्लैंड को भी बहुत सज्जन ब्याह दुशिया में शामिल हो रहा है उन्होंने भी मैं लिखी जिया तो उन्होंने वेलकम करता हाँ नागरा परिवार वालों सारे का धन्यवाद किया जाता है तो जिमें कि सुखविंदर सिंह साहबी अटवाल तो भी उन्होंने भी धन्यवाद अरविंद सिंह माकर जी बैठे परमिंदरपाल सिंह जी ठौर भुपिंद सिंह जालना जसपाल सिंह गुडी जो कि बीकरवीर तो बहुत ही इन्होंने करीबी हैं तो मैं इन्हों का बहुत बहुत धन्यवाद करता हाँ तो बराती सजन के नाल मेरे बड़े ही अजीज दोस्त साढ़े बलियाल सिंह टूनी जो कि चेचे तौर पर इन्हों के नाल शामिल होकर आए हैं तो साढ़े मेरे अपने इलाके दहान शख्सियत बलियाल सिंह टूनी तो उन्होंने बड़े भरा चरणजीत सिंह टूनी जी तो बंगा हाके दहान शख्सियत हैं तो मैं उन्होंने भी इतने आया पहुँचने लिखी जिया कहता उसके ही अंकार सिंह गिल राणी गिल इन्हों बहुत बहुत धन्यवाद तो जिमें कि मेरे वीर चाल प्रोडक्शन वाले कवरे कर रहे हैं तो हमेशा ही ब्याह शादियों में साढ़े जिन्हें भी फंक्शन होते हैं इन्हों का भी कवरे करने बहुत बहुत धन्यवाद ए वी 24 वाले संजीव साहब जो कि हमेशा ही साढ़े इस इलाके सेवा करते रहते हैं तो इन्हों का भी नागरा परिवार को बहुत बहुत धन्यवाद किया जाता क्योंकि समा ज्यादा हो गया क्योंकि सिरा ने सिक्ख्या सारे ने बहुत सजे ढंग के नाल दी है मैं उन्होंने भी धन्यवाद करता हाँ बराड़ साहब का स्पैशल धन्यवाद जिहड़े कि पंजाबी मां बोली की सेवा इन्नी चिर तो अपने रेडियो जरिए करते हैं तो जिमें कि इतने मैं लगता मैं इन्होंने 20-25 साल तो देखता इस स्टेज के उत्ते अथा अपने जी बड़े निष्काम सेवक हैं बड़े निष्काम सेवा सैकटरी स्टेट सैकटरी हमेशा ही पाते हैं तो टाइम देने चीज़ में गुरद्वारा प्रबंधक कमेटी का बहुत बहुत धन्यवाद अगले बुलाए आग्या पई अकाल की तबे चलायो पंथ
सब सिखण को हुक्म है गुरु मान्यो ग्रंथ गुरु ग्रंथ जी मान्यो प्रगट गुरानी दे सो इन्हां दे जदों भी कोई दुख सुख होवे उस गुरु ग्रंथ साहिब जी दे लड़ लगना है कोई धागे तबीतां वाल नहीं जाना सिर्फ इको आसरा है खुशी विच गमी विच आनंद साहिब दा पाठ पढ़िया जांदा है सो यह गुरु ग्रंथ साहिब के चरणों के जो कुछ मंगना है इसे भी मंगना सानू सारे हुक्म है इस करके सो मैं नागरा साडा इंद्रजीत सिंह नागरा मेरा वीर सारे का हरमन प्यारा है आज पहला बुलारे दस रहे हैं सो वाकई बहुत ही एक हरेक खिंचन वाला व्यक्ति है सो सानू ए बड़ा माण है कम्यूनिटी को बड़ा माण है सो इन मैं बहुत बहुत नागरा परिवार को बधाई देना हाँ सारे सो इन ही वचन कहना हाँ मैं खिमा मंगता हाँ वाहिगुरु जी का खालसा वाहिगुरू जी की फतह मेरे बाबला मेरे बाबला गुरमुखे हार पाया व्याह हुआ व्याह हुआ मेरे बाबला मेरे बाबला गुरमुखे हार पाया व्याह ज्ञान पर चंड बलाया व्याह हुआ व्याह हुआ मेरे बाबला मेरे बाबला गुरमुखे हार पाया व्याह हर रत्न पदारथ लादा व्याह हुआ
मेरे बाबला मेरे बाबला गुरमुखे हार पाया या हुआ मेरे बाबला खुशियां पादशाहियां जे सतगुर नदर करे लख खुशियां
ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ 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 ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਵੇ ਮਨ ਤਨ ਸੀਤਲ ਹੋਏ ਨਿਮਕ ਵੇਖ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਤੋਂ ਪੂਰਾ ਸਤਿਗੁਰ ਚਰਨ ਗਹੇ ਇਨ ਸਤਿਗੁਰ ਚਰਨ ਗਹੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਸਭੇ ਥੋਕ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜੇ ਸਤਿਗੁਰ ਨਦਰ ਕਰੇ ਜੇ ਸਤਿਗੁਰ ਨਦਰ ਸਤਿਗੁਰ ਨਦਰ ਕਰੇ ਸਤਿਗੁਰ ਨਦਰ ਕਰੇ ਸਤਿਗੁਰ ਨਦਰ ਕਰੇ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ
लख खुशियां पातशाहियां जे सतगुर न तेरे करे। सफल मूरत सफला कड़ी जित सच्चे नाल प्यार दुख संताप ना लगई जिस हर का नाम लख खुशियां पातशाहियां जे सतगुर न तेरे करे। लख खुशियां पातशाहियां जे सतगुर न तेरे करे। जे सतगुर न तेरे करे जे सतगुर न तेरे करे सतगुर नदर करे। जे सतगुर नदर करे जे सतगुर नदर करे जे सतगुर नदर करे। लख खुशियां पातशाहियां जे सतगुर नदर करे। लख खुशियां पातशाहियां जे सतगुर न तेरे करे। थान सुहा संत सभा कोई तिस ही नो मिले जिन पूरा गुरु लबा जन्म जरा जिथे मृत न जन्म जरा। लख खुशियां पातशाहियां जे सतगुर न तेरे करे। लख खुशियां पातशाहियां जे सतगुर न तेरे करे। ਸੋਫੇ ਵਾਲੇ ਕਮਰੇ ਦੇ ਵਿੱਚ ਮੇਰੀਆਂ ਜੋਤਾਂ
ਮਾਏਕ ਕਰ ਤੇਰਾ ਜੋੜਾ ਦੇਖ ਜੋੜਨ ਚੱਲੀ ਨੀ ਮਾਏਕ ਕਰ ਤੇਰਾ ਜੋੜਾ ਦੇਖ ਜੋੜਨ ਚੱਲੀ ਨੀ ਮਾਏਕ ਕਰ ਤੇਰਾ ਜੋੜਾ ਦੇਖ ਜੋੜਨ ਚੱਲੀ ਨੀ ਦੇਖ ਰੋਮੀ ਮੇਰੇ ਗੁੱਡੀਆਂ ਪਟੋਲੇ